ਸਤਿ ਸ਼੍ਰੀ ਅਕਾਲ ਤੁਸੀਂ ਲੋਕਰਾਣ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਜੋ ਪੰਜਾਬ ਦੇ ਵਿੱਚ ਨਵੀਂ ਚਰਚਾ ਛੇੜੀ ਹੋਈ ਹੈ ਅਰੂਸਾ ਆਲਮ ਨੂੰ ਲੈ ਕੇ, ਅਰੂਸਾ ਆਲਮ ਦੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੋਕਰਾਣ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਡਾਕਟਰ ਸਾਹਿਬ, ਚਰਚੇ ਤਾਂ ਉਦੋਂ ਤੋਂ ਨੇ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਪਹਿਲੇ ਟਰਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ, ਆਪਣਾ ਵਫਦ ਲੈ ਕੇ ਪਾਕਿਸਤਾਨ ਗਏ ਸੀ। ਉੱਥੋਂ ਹੀ ਕਿਹਾ ਜਾਂਦਾ ਕਿ ਉਸ ਕਨਵੈਨਸ਼ਨ ਦੇ ਵਿੱਚ ਅਰੂਸਾ ਆਲਮ ਦੇ ਨਾਲ ਮੁਲਾਕਾਤ ਹੋਈ ਸੀ, ਉਸ ਤੋਂ ਬਾਅਦ ਅਰੂਸਾ ਆਲਮ ਪੰਜਾਬ ਦੇ ਵਿੱਚ ਆਏ ਸੀ, ਸ਼ਾਇਦ ਇਹ ਪੰਜ ਦੀ ਗੱਲ ਕਹੀ ਜਾਂਦੀ ਹੈ। ਅਤੇ ਉਦੋਂ ਫਿਰ ਜੋ ਸੰਬੰਧ ਸੀ, ਦੋਸਤੀ ਵਾਲੇ ਸੰਬੰਧ ਬਣੇ ਸੀ, ਦੋਸਤਾਂ ਨਾਲ ਸੰਬੰਧ ਬਣੇ ਸੀ, ਉਦੋਂ ਤੋਂ ਲੈ ਕੇ ਅਰੂਸਾ ਆਲਮ ਦਾ ਨਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜ ਗਿਆ। ਲਗਾਤਾਰ ਇਹ ਰਿਸ਼ਤਾ ਦੋਸਤੀ ਦੇ ਤੌਰ 'ਤੇ ਨਿਭਦਾ ਰਿਹਾ ਸੀ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ, ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਹੈ ਕਿ ਹੁਣ ਮੈਂ ਕਾਂਗਰਸ ਦੇ ਵਿੱਚ ਨਹੀਂ ਰਹਿਣਾ, ਭਾਵੇਂ ਆਪਣੀ ਪਾਰਟੀ ਬਣਾਵਾਂ, ਭਾਵੇਂ ਕਿਸੇ ਨੂੰ ਮੈਂ ਜੁਆਇਨ ਕਰਨਾ, ਤਾਂ ਉਦੋਂ ਤੋਂ ਲੈ ਕੇ ਫਿਰ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦਿੱਲੀ ਗੇੜਾ ਕੱਢ ਕੇ ਆਉਂਦੇ ਨੇ। ਦਿੱਲੀ ਗੇੜਾ ਕੱਢਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਭਾਈ ਹੁਣ ਮੈਂ ਨਵੀਂ ਪਾਰਟੀ ਬਣਾਊਂਗਾ। ਜਦੋਂ ਇਹ ਐਲਾਨ ਕਰ ਦੇਂਗੇ ਵੀ ਭਾਈ ਹੁਣ ਮੈਂ ਨਵੀਂ ਪਾਰਟੀ ਬਣਾਊਂਗਾ, ਤਾਂ ਉਦੋਂ ਕਾਂਗਰਸ ਬੜੇ ਵੱਡੇ ਹਮਲੇ ਕਰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ। ਇੱਕ ਹਮਲਾ ਕਰਦਾ ਨਵਜੋਤ ਸਿੰਘ ਸਿੱਧੂ, ਕਿ ਜੋ ਤਿੰਨ ਖੇਤੀ ਕਾਨੂੰਨ ਨੇ, ਇਹ ਖੇਤੀ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੇਣ ਹੈ ਪੰਜਾਬ ਨੂੰ। ਅਤੇ ਸੁਖਜਿੰਦਰ ਸਿੰਘ ਰੰਧਾਵਾ ਪ੍ਰੈਸ ਕਾਨਫਰੰਸ ਕਰਦੇ ਹੈ ਕੈਪਟਨ ਦੇ ਸੱਜੀ ਬਾਂਹ, ਅਤੇ ਸੁਖਜਿੰਦਰ ਸਿੰਘ ਰੰਧਾਵਾ ਪ੍ਰੈਸ ਕਾਨਫਰੰਸ ਕਰਦੇ ਹੈ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ, ਉਹਨਾਂ ਦੇ ਸਾਬਕਾ OSD ਸੰਦੀਪ ਸੰਧੂ ਨਾਲ ਬੈਠੇ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ। ਅਤੇ ਉਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਹੁੰਦੇ ਨੇ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਅਰੂਸਾ ਆਲਮ ਨੂੰ ਲੈ ਕੇ ਉਹ ਬੜੇ ਵੱਡੇ ਹਮਲੇ ਬੋਲਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ। ਇਸੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ ਆਇਆ ਕਿ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਮੇਰੀ ਕੈਬਨਿਟ ਦੇ ਵਿੱਚ ਮੰਤਰੀ ਸੀ ਤਾਂ ਫਿਰ ਉਦੋਂ ਕਿਉਂ ਨਹੀਂ ਬੋਲੇ। BJP ਇਸ ਗੱਲ ਨੂੰ ਕਹਿੰਦੀ ਹੈ ਕਿ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਕੋਲ ਕੋਈ ਸਬੂਤ ਹੈਗੇ ਨੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਬਿਆਨਬਾਜ਼ੀਆਂ ਨਾ ਕਰੇ, ਸੁਖਜਿੰਦਰ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਾਰਵਾਈ ਕਰੇ। ਤੁਸੀਂ ਕੀ ਦੇਖਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਅਰੂਸਾ ਅਰੂਸਾ ਹੋਈ ਪਈ ਹੈ? ਪੰਗੂ ਸਾਹਿਬ, ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਤੱਕ ਜੇ ਆਪਾਂ ਉਹਨਾਂ ਦੀ 4.5 ਸਾਲ ਦੀ ਕਾਰਜਸ਼ੈਲੀ ਵੇਖਦੇ ਹਾਂ ਐਜ਼ ਏ ਮੁੱਖ ਮੰਤਰੀ ਦੇ ਤੌਰ 'ਤੇ, ਤਾਂ ਉਹਨਾਂ ਨੇ ਸਿਰਫ ਅਤੇ ਸਿਰਫ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਉਹਨਾਂ ਦਾ ਕਾਰਜਸ਼ੈਲੀ ਵੇਖਦੇ ਹਾਂ ਤਾਂ ਉਹ ਕੋਈ ਬਹੁਤੀ ਤਸੱਲੀ ਬਖਸ਼ ਕਾਰਜਸ਼ੈਲੀ ਨਹੀਂ ਸੀ ਐਜ਼ ਏ ਮੁੱਖ ਮੰਤਰੀ ਦੇ ਤੌਰ 'ਤੇ। ਉਹਦਾ ਕਾਰਨ ਇਹ ਹੈ ਕਿ ਜਦੋਂ ਉਹ ਵੱਡੇ ਵੱਡੇ ਵਾਅਦੇ ਕਰਕੇ ਔਰ ਵੱਡੇ ਵੱਡੇ ਲਾਰੇ ਲਾ ਕੇ, ਇੱਥੋਂ ਤੱਕ ਕਿ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਉਹਨਾਂ ਨੇ ਖਾਧੀ ਸੀਗੀ ਕਿ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ, ਘਰ ਘਰ ਨੌਕਰੀ ਦੇਵਾਂਗਾ ਨੌਜਵਾਨਾਂ ਨੂੰ, ਇਸੇ ਤਰ੍ਹਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗਾ, ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਹੋਰ ਵੱਡੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ, ਉੱਥੋਂ ਉਹ ਇੱਧਰ ਉੱਧਰ ਹੁੰਦੇ ਨਜ਼ਰ ਆਏ। ਔਰ 4.5 ਸਾਲ ਦੇ ਵਿੱਚ ਆਪਾਂ ਦੇਖਿਆ ਕਿ ਕੋਈ ਵੱਡਾ ਕੰਮ ਉਹਨਾਂ ਨੇ ਨਹੀਂ ਕੀਤਾ, ਜਿਹਦਾ ਨਤੀਜਾ ਕੀ ਨਿਕਲਿਆ, ਜਿਹਦਾ ਨਤੀਜਾ ਇਹ ਨਿਕਲਿਆ ਕਿ ਇਕੱਲੇ ਇਹ ਨਹੀਂ ਕਿ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਚਾਹੇ ਉਹ ਵਲੰਟੀਅਰ ਹੋਣ, ਚਾਹੇ ਉਹ MLA ਸਾਹਿਬਾਨ ਹੋਣ, ਇੱਥੋਂ ਤੱਕ ਕਿ ਜਿਹੜੇ ਮੰਤਰੀ ਸਾਹਿਬਾਨ ਸੀਗੇ ਉਹਨਾਂ ਨੇ ਵੀ ਵੱਡੇ ਸਵਾਲ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਚੁੱਕਣੇ ਸ਼ੁਰੂ ਕੀਤੇ। ਇਹਦਾ ਕਾਰਨ ਕੀ ਸੀਗਾ? ਇਹਦਾ ਕਾਰਨ ਇਹੀ ਸੀਗਾ ਕਿ ਉਹਨਾਂ ਨੇ ਆਪਣਾ ਸਾਰਾ ਸਮਾਂ ਜਿਹੜਾ ਹੈਗਾ ਕਿਹਦੇ ਉੱਤੇ ਅਜਾਈ ਗਵਾਇਆ, ਇੱਧਰ ਉੱਧਰ ਮੁੱਦਿਆਂ ਨੂੰ ਕਮਾ ਕੇ। ਯਾਨੀ ਕਿ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਅੱਜ ਅਰੂਸਾ ਆਲਮ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲਾਜ਼ਮੀ ਤੌਰ 'ਤੇ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਅਰੂਸਾ ਆਲਮ ਜਿਹੜੇ ਨੇ ਉਹ ਪਾਕਿਸਤਾਨ ਦੇ, ਜਿਵੇਂ ਤੁਸੀਂ ਵੀ ਇਸ਼ਾਰਾ ਕੀਤਾ ਹੈ, ਉੱਥੋਂ ਦੇ ਨਾਗਰਿਕ ਨੇ। ਔਰ ਉਹਨਾਂ ਦਾ ਜਦੋਂ ਪੰਜਾਬ ਦੇ ਵਿੱਚ, ਸਾਡੇ ਇੱਧਰਲੇ ਪੰਜਾਬ ਦੇ ਵਿੱਚ ਆ ਕੇ ਇੱਕ ਮੁੱਖ ਮੰਤਰੀ ਦੇ ਘਰ ਦੇ ਵਿੱਚ ਰਹਿਣਾ, ਇਹਦੇ ਬਾਰੇ ਬੜੇ ਲੰਬੇ ਸਮੇਂ ਤੋਂ ਸਵਾਲ ਚੁੱਕਦੇ ਆ ਰਹੇ ਨੇ ਲੋਕ ਜਿਹੜੇ ਨੇ, ਖਾਸ ਤੌਰ 'ਤੇ ਖਹਿਰਾ ਸਾਹਿਬ ਜਿਹੜੇ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਕਿਸੇ ਵੇਲੇ ਵੱਡੇ ਲੀਡਰ ਰਹੇ ਨੇ, ਉਹਨਾਂ ਨੇ ਵੀ ਉਸ ਵੇਲੇ ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਸੀਗੇ, ਬਹੁਤ ਵੱਡੇ ਵੱਡੇ ਸਵਾਲ ਉਹਨਾਂ ਨੇ ਚੁੱਕੇ ਸੀਗੇ, ਆਪਾਂ ਨੂੰ ਸਾਰਿਆਂ ਨੂੰ ਯਾਦ ਹੈ। ਬਿਲਕੁਲ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕੋਈ ਜਵਾਬ ਨਹੀਂ ਸੀ ਦਿੱਤਾ। ਸੋ ਕਹਿਣ ਦਾ ਮਤਲਬ ਹੈ ਕਿ ਅਰੂਸਾ ਆਲਮ ਦੇ ਉੱਤੇ ਏਡੇ ਵੱਡੇ ਸਵਾਲ ਚੁੱਕਣੇ, ਚਲੋ ਚੱਕ ਲਏ, ਬਟ ਸਵਾਲ ਪੈਦਾ ਹੁੰਦਾ ਕਿ ਅੱਜ ਕਿਉਂਕਿ ਕਾਂਗਰਸ ਦੇ ਕੋਲ ਬਹੁਤ ਥੋੜਾ ਸਮਾਂ, ਲਗਭਗ 2 ਮਹੀਨੇ ਕੰਮ ਕਰਨ ਦੇ ਨੇ, ਔਰ 2 ਮਹੀਨਿਆਂ ਦੇ ਵਿੱਚ ਉਹ ਕੀ ਕਰਨਾ ਚਾਹੁੰਦੇ ਨੇ, ਉਹ ਸਿਰਫ ਤੇ ਸਿਰਫ ਆਪਣਾ ਜਿਹੜਾ ਸਮਾਂ ਇੱਦਾਂ ਦੇ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਉਲਝਾ ਕੇ ਮੁੱਦਿਆਂ ਤੋਂ ਭੜਕਾਉਣਾ ਚਾਹੁੰਦੇ ਨੇ। ਔਰ ਆਪਾਂ ਨੂੰ ਪਤਾ ਹੈ ਕਿ ਇਸ ਵੇਲੇ ਕਾਂਗਰਸ ਦੀ ਲੋੜ ਤਾਂ ਇਹ ਹੈ ਕਿ ਚਾਹੇ ਉਹ ਘਰ ਘਰ ਨੌਕਰੀ ਦਾ ਮਸਲਾ ਹੋਵੇ, ਅੱਜ ਆਪਾਂ ਨੇ ਦੇਖਿਆ ਹੈ ਕਿ ਚਾਹੇ ਉਹ ਅਧਿਆਪਕ ਹੋਣ, ਚਾਹੇ ਡਾਕਟਰ ਹੋਣ, ਚਾਹੇ ਡਰਾਈਵਰ ਸਾਹਿਬਾਨ ਹੋਣ, ਜਾਂ ਕੋਈ ਹੋਰ
ਜਿਹੜੇ ਨੇ ਕਰਮਚਾਰੀ ਹੋਣ ਉਹ ਅੱਜ ਧਰਨਿਆਂ ਦੇ ਉੱਤੇ ਬੈਠੇ ਨੇ। ਤੁਸੀਂ ਪਹਿਲਾਂ ਕੀ ਹੁੰਦਾ ਸੀਗਾ ਕਿ ਕਿਸੇ ਵੇਲੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਪਹਿਲਾਂ ਧਰਨੇ ਬਠਿੰਡੇ ਲੱਗਦੇ ਸੀਗੇ, ਫਿਰ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਉਹੀ ਧਰਨੇ ਜਿਹੜੇ ਸੀਗੇ ਪਟਿਆਲੇ ਲੱਗਣ ਲੱਗ ਗਏ। ਅੱਜ ਕੀ ਹੋ ਰਿਹਾ, ਅੱਜ ਇਹੀ ਧਰਨੇ ਜਿਹੜੇ ਨੇ ਉਹ ਆਪਾਂ ਨੂੰ ਪਤਾ ਹੈ ਕਿ ਮੋਰਿੰਡੇ ਜਾ ਕੇ ਲੱਗਣੇ ਸ਼ੁਰੂ ਹੋ ਗਏ। ਸੋ ਉੱਥੇ ਵੀ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਬੜਾ ਜਿਹੜਾ ਸੀਗਾ ਰੌਲਾ ਰੱਪਾ ਪਿਆ ਕਿ ਕਿਸੇ ਨੇ ਤਾਂ ਟਰੈਕਟਰ ਜਿਹੜਾ ਸੀਗਾ ਉੱਥੇ ਚੜ੍ਹਦਾ ਨਜ਼ਰ ਆਇਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਅੱਜ ਬੁਨਿਆਦੀ ਮੁੱਦੇ ਨੇ ਪੰਜਾਬ ਦੇ, ਉਹਨਾਂ ਦੇ ਉੱਤੇ ਇਹਨਾਂ ਲੀਡਰਾਂ ਨੂੰ ਗੱਲ ਕਰਨੀ ਚਾਹੀਦੀ ਹੈ। ਪਰ ਗੱਲ ਕੀ ਹੋ ਰਹੀ ਹੈ ਕਿ ਅਰੂਸਾ ਆਲਮ ਜਿਹੜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਬੰਦਾ ਕਹਿੰਦਾ ਜੀ ਕੋਈ ਸਬੂਤ ਲੈ ਕੇ ਆਵੇ, ਦੂਜਾ ਬੰਦਾ ਕਹਿੰਦਾ ਜੀ ਮੇਰੇ ਕੋਲ ਜਿਹੜਾ ਹੈਗਾ ਸਬੂਤ ਹੈਗੇ ਨੇ ਕੋਈ, ਮਤਲਬ ਕਹਿਣ ਦਾ ਮਤਲਬ ਇਹੀ ਹੈ ਕਿ ਚੀਜ਼ਾਂ ਨੂੰ ਮੁੱਦਿਆਂ ਨੂੰ ਇੱਧਰ ਉੱਧਰ ਉਲਝਾਉਣ ਦੀ ਕੋਸ਼ਿਸ਼ ਹੈ। ਅਰੂਸਾ ਆਲਮ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਰਹੇ ਨੇ, ਤਤਕਾਲੀ ਮੁੱਖ ਮੰਤਰੀ ਜਿਹੜੇ ਨੇ ਕੈਪਟਨ ਸਾਹਿਬ, ਉਹਨਾਂ ਦੀ ਉਹ ਮਹਿਮਾਨ ਬਣ ਕੇ ਜਿਹੜੀ ਹੈਗੀ ਰਹਿੰਦੀ ਰਹੀ ਹੈ। ਔਰ ਇਸ ਕਰਕੇ ਜਿਹੜਾ ਹੈਗਾ ਕਾਰਨ ਕੀ ਹੈ, ਕਾਰਨ ਆਪਾਂ ਨੂੰ ਪਤਾ ਹੈ ਕਿ ਜਿਹੜੇ ਮਹਾਰਾਜਾ ਸਾਹਿਬ ਨੇ, ਕੈਪਟਨ ਸਾਹਿਬ ਨੇ, ਉਹਨਾਂ ਦੀ ਜੋ ਜ਼ਿੰਦਗੀ ਰਹੀ ਆ, ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਉਹ ਇਸੇ ਕਿਸਮ ਦੀ ਜ਼ਿੰਦਗੀ ਜਿਹੜੀ ਹੈਗੀ ਆ ਜਿਉਂਦੇ ਰਹੇ ਨੇ। ਸੋ ਉਸ ਦੇ ਉੱਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ, ਔਰ ਨਿੱਜੀ ਜ਼ਿੰਦਗੀ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇੱਦਾਂ ਦੀ ਕੋਈ ਗੱਲਬਾਤ ਜਿਹੜੀ ਹੈਗੀ ਬਹੁਤ ਹੀ ਚੰਗੀ ਨਹੀਂ ਲੱਗਦੀ। ਔਰ ਖਾਸ ਤੌਰ 'ਤੇ ਜਦੋਂ ਅੱਜ ਸਰਕਾਰ ਕੋਲ ਬਹੁਤ ਥੋੜ੍ਹਾ ਸਮਾਂ ਰਹਿੰਦਾ ਹੋਵੇ, ਸਰਕਾਰ ਨੂੰ ਜਦੋਂ ਸਗੋਂ ਜਿਹੜੇ ਆਪਣੇ ਉਪ ਮੁੱਖ ਮੰਤਰੀ ਸਾਹਿਬ ਨੇ ਸੁਖਜਿੰਦਰ ਰੰਧਾਵਾ ਜੀ ਜਾਂ ਕੋਈ ਹੋਰ ਕਾਂਗਰਸ ਦੇ ਵੱਡੇ ਲੀਡਰ ਨੇ, ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਉੱਤੇ ਆਪਣੀ ਜਿਹੜੀ ਹੈਗੀ ਹੈ ਗੱਲ ਕਰਨੀ ਚਾਹੀਦੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਕੈਪਟਨ ਸਾਹਿਬ ਨੇ। ਉਹਨਾਂ ਨੂੰ ਸਗੋਂ ਕੈਪਟਨ ਸਾਹਿਬ ਨੂੰ ਇਹ ਚਾਹੀਦਾ ਹੈ ਕਿ ਸਾਰੀ ਜਿਹੜੀ ਉਹ ਗੇਮ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਇਹੀ ਹੈ ਕਿ ਸਰਕਾਰ ਨੂੰ ਵੀ ਮੁੱਦਿਆਂ ਤੋਂ ਭੜਕਾਇਆ ਜਾਏ, ਕਿਉਂਕਿ ਆਪਣੇ ਆਪ ਤਾਂ ਉਹ ਭੜਕੀ ਹੋਏ ਨੇ ਮੁੱਦਿਆਂ ਤੋਂ ਪੰਗੂ ਸਾਹਿਬ ਜੀ। ਪਰ ਡਾਕਟਰ ਸਾਹਿਬ, ਜਦੋਂ ਕੋਈ ਇਹੋ ਜਿਹੀ ਸ਼ਖਸੀਅਤ ਹੁੰਦੀ ਹੈ ਜੋ ਪੰਜਾਬ ਦੇ ਲੋਕਾਂ ਨਾਲ ਜੁੜੀ ਹੁੰਦੀ ਹੈ, ਰਾਜਨੀਤਿਕ ਧਿਰ ਹੁੰਦੀ ਹੈ, ਰਾਜਨੀਤਿਕ ਪਰਸਨੈਲਿਟੀ ਹੁੰਦੀ ਹੈ ਕੋਈ, ਤਾਂ ਪਰ ਕਿੱਥੋਂ ਤੱਕ ਜਾਇਜ਼ ਹੈ ਕਿ ਦੇਖੋ ਪਾਕਿਸਤਾਨ ਜਿਵੇਂ ਅਰੂਸਾ ਆਲਮ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧ ਸੀ, ਉਹਨੂੰ ਲੈ ਕੇ ਅੱਜ ਸਵਾਲ ਵੀ ਹੋ ਰਹੇ ਨੇ ਸੰਬੰਧ, ਭਾਵੇਂ ਦੋਸਤੀ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਕਿੰਨੀ ਵਾਰ ਇਹ ਗੱਲ ਜ਼ਾਹਿਰ ਵੀ ਕਰ ਚੁੱਕੇ ਹੈ। ਪਰ ਜੇਕਰ ਗੱਲ ਕਰੀਏ ਆਪਾਂ ਕਿ ਪੰਜਾਬ ਜਾਂ ਫਿਰ ਆਪਾਂ ਇੰਡੀਅਨ ਸਟੇਟ ਭਾਰਤ ਅਤੇ ਪਾਕਿਸਤਾਨ, ਇਹਨੂੰ ਲੈ ਕੇ ਕੀ ਸਥਿਤੀ ਬਣ ਸਕਦੀ ਹੈ, ਜਾਂ ਕੋਈ ਸਥਿਤੀ ਖੁਸ਼ਗਵਾਰ, ਜਾਂ ਫਿਰ ਕਹਿ ਸਕਦੇ ਹਾਂ ਕਿ ਆਪੇ ਜਿਵੇਂ ISI ਨਾਲ ਵੀ ਸੰਬੰਧ ਜੋੜੇ ਜਾਂਦੇ ਹੈ, ਤਾਂ ਫਿਰ ਪੰਜਾਬ ਹਿੰਦੁਸਤਾਨ ਲਈ ਤਾਂ ਫਿਰ ਨੁਕਸਾਨਦਾਇਕ ਸਥਿਤੀ ਬਣ ਜਾਂਦੀ ਹੈ ਨਾ, ਜੇਕਰ ਜੋ ਵਿਰੋਧੀ ਇਲਜ਼ਾਮ ਲਾਉਂਦੇ ਨੇ, ਜੇਕਰ ਉਹਨਾਂ ਗੱਲਾਂ ਦੇ ਵਿੱਚ ਜਾਨ ਹੋਵੇ, ਉਹ ਗੱਲਾਂ ਸੱਚ ਹੋਣ ਤਾਂ। ਪੰਗੂ ਸਾਹਿਬ, ਇਹਦੇ ਵਿੱਚ ਇਹ ਹੁੰਦਾ ਕਿ ਚਾਹੇ ਉਹ ਪਾਕਿਸਤਾਨ ਦੀ ਸਰਕਾਰ ਜੀ, ਚਾਹੇ ਉਹ ਭਾਰਤ ਦੀ ਸਰਕਾਰ ਹੈ, ਚਾਹੇ ਪੰਜਾਬ ਦੀ ਸਰਕਾਰ ਹੈ, ਇਹਨਾਂ ਸਰਕਾਰਾਂ ਨੇ ਹਮੇਸ਼ਾ ਹੀ ਆਮ ਲੋਕਾਂ ਨੂੰ ਜਿਹੜਾ ਹੈਗਾ ਵੰਡ ਕੇ, ਆਪਣਾ ਕਹਿੰਦੇ ਡਿਵਾਈਡ ਐਂਡ ਰੂਲ, ਕਿ ਇਹਨਾਂ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਸ਼ੁਰੂ ਤੋਂ ਦੇਖੋ ਕਿ ਜਦੋਂ ਤੋਂ ਪਾਕਿਸਤਾਨ ਬਣਦਾ ਹੈ, ਪਾਕਿਸਤਾਨ ਬਣਨ ਦੇ ਪਿੱਛੇ ਕੀ ਸੀਗੀ ਸੱਤਾ, ਕਿ ਇੱਕ ਪਾਸੇ ਮੁਸਲਿਮ ਲੀਗ ਸੀਗੀ, ਉਹ ਕਹਿੰਦੀ ਸੀ ਮੇਰੇ ਕੋਲ ਸੱਤਾ ਆ ਜੇ, ਇੱਕ ਪਾਸੇ ਕਾਂਗਰਸ ਸੀਗੀ, ਉਹ ਕਹਿੰਦੀ ਸੀ ਸਾਡੇ ਕੋਲ ਸੱਤਾ ਰਹੇ, ਇੱਕ ਪਾਸੇ ਅਕਾਲੀ ਦਲ ਸੀ ਪੰਜਾਬ ਦੇ ਵਿੱਚ, ਉਹ ਕਹਿੰਦਾ ਸੀ ਅਸੀਂ ਸੱਤਾ ਹਾਸਲ ਕਰਨੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਵੱਖ ਵੱਖ ਧਿਰਾਂ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ, ਉਹਨਾਂ ਦਾ ਮਕਸਦ ਇੱਕੋ ਹੁੰਦਾ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਚਾਹੇ ਕੁਛ ਵੀ ਕਰਨਾ ਪਵੇ, ਚਾਹੇ ਉਹ ਡਰਾ ਕੇ, ਚਾਹੇ ਧਮਕਾ ਕੇ, ਚਾਹੇ ਅੱਤਵਾਦ ਦਾ ਜਿਹੜਾ ਹੈਗਾ ਡਰ ਦੇ ਦਿਓ, ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਨੇ, ਕਿਵੇਂ ਨਾ ਕਿਵੇਂ ਜਿਹੜੀ ਹੈਗੀ ਹਰ ਹਾਲਤ ਦੇ ਵਿੱਚ ਸੱਤਾ ਹਾਸਲ ਕਰਨੀ ਚਾਹੁੰਦੀਆਂ ਨੇ ਪਾਰਟੀਆਂ। ਸੋ ਇਹੀ ਨਤੀਜਾ ਆਪਾਂ ਦੇਖ ਰਹੇ ਹਾਂ ਅੱਜ ਵੀ ਜਿਹੜਾ ਹੈਗਾ ਜਾਰੀ ਹੈ। ਔਰ ਨਤੀਜਾ ਕੀ ਨਿਕਲ ਰਿਹਾ ਕਿ ਇੱਕ ਪਾਸੇ ਜਿਹੜਾ ਹੈਗਾ ਪਾਕਿਸਤਾਨ ਜਿਹੜਾ ਹੈਗਾ ਉਹ ISI ਜਿਹੜਾ ਹੈਗਾ, ਆਪਾਂ ਨੂੰ ਪਤਾ ਹੈ ਕਿ ਉੱਥੇ ਉਹਨਾਂ ਦੀਆਂ ਜਿਹੜੀਆਂ ਨੇ ਏਜੰਸੀਆਂ ਉਹ ਕੰਮ ਕਰ ਰਹੀਆਂ ਨੇ, ਇੱਥੇ ਭਾਰਤ ਦੇ ਵਿੱਚ ਆਪਣੀਆਂ ਏਜੰਸੀਆਂ ਨੇ। ਔਰ ਇਸ ਤਰ੍ਹਾਂ ਦਾ ਜਦੋਂ ਦੋਨੋਂ ਏਜੰਸੀਆਂ ਇੱਕ ਦੂਜੇ ਨਾਲ ਟਕਰਾਉਂਦੀਆਂ ਨੇ, ਕਿਉਂਕਿ ਉਹਨਾਂ ਦੇ ਹਿੱਤ ਜਿਹੜੇ ਨੇ ਟਕਰਾਉਂਦੇ ਨੇ, ਤਾਂ ਲਾਜ਼ਮੀ ਤੌਰ 'ਤੇ ਉਹਦਾ ਨਤੀਜਾ ਕਿਹਨੂੰ ਭੁਗਤਣਾ ਪੈਂਦਾ? ਉਹਨਾਂ ਦਾ ਨਤੀਜਾ ਜਿਹੜਾ ਹੈਗਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਔਰ ਜਦੋਂ ਜੰਗਾਂ ਹੁੰਦੀਆਂ ਨੇ, ਆਪਾਂ ਨੂੰ ਵੀ ਪਤਾ ਹੈ, ਜਦੋਂ ਵੱਡੀਆਂ ਜੰਗਾਂ ਲੱਗਦੀਆਂ ਨੇ ਜਾਂ ਸਾਡੇ ਬਾਰਡਰਾਂ ਦੇ ਉੱਤੇ ਜਿਹੜੀਆਂ ਜਦੋਂ ਜਵਾਨ ਮਰਦੇ ਨੇ, ਉਹ ਕਿੰਨਾਂ ਦੇ ਨੌਜਵਾਨ ਨੇ? ਉਹ ਸਾਡੇ ਕਿਸਾਨਾਂ ਦੇ, ਗਰੀਬਾਂ ਦੇ ਨੌਜਵਾਨ ਨੇ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਦਾਂ ਦਾ ਜਿਹੜਾ ਹੈਗਾ ਮਾਹੌਲ ਪੈਦਾ ਕੀਤਾ ਜਾਂਦਾ, ਖਾਸ ਤੌਰ 'ਤੇ ਜਦੋਂ ਚੋਣਾਂ ਹੁੰਦੀਆਂ ਨੇ, ਤਾਂ ਲਾਜ਼ਮੀ ਤੌਰ 'ਤੇ ਤੁਸੀਂ ਪਿਛਲਾ ਇਤਿਹਾਸ ਸਾਰਾ ਚੱਕ ਕੇ ਦੇਖੋ ਕਿ ਜਦੋਂ ਜਦੋਂ ਚੋਣਾਂ ਹੋਣਗੀਆਂ,
ਉਦੋਂ ਉਦੋਂ ਲੋਕਾਂ ਨੂੰ ਡਰਾਇਆ ਜਾਏਗਾ, ਧਮਕਾਇਆ ਜਾਏਗਾ, ਬਾਰਡਰਾਂ ਦੇ ਉੱਤੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਏਗਾ। ਸੋ ਉਹਦੇ ਵਿੱਚੋਂ ਜਿਹੜਾ ਹੈਗਾ ਚੋਣਾਂ ਦੀ ਜਿੱਤ ਜਿਹੜੀ ਹੈਗੀ ਰਾਜ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਵੀ ਇਸ ਵੇਲੇ ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਕਿ ਚੋਣਾਂ ਹੋ ਰਹੀਆਂ ਨੇ ਅਗਲੇ ਸਾਲ 22 ਦੇ ਵਿੱਚ ਚੋਣਾਂ ਨੇ, ਸੋ ਇਸ ਕਰਕੇ ਮਾਹੌਲ ਨੂੰ ਉਸ ਕਿਸਮ ਦਾ ਬਣਾਇਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਡਰਾ ਕੇ ਧਮਕਾ ਕੇ ਇਹ ਚੋਣਾਂ ਜਿਹੜੀਆਂ ਨੇ ਵੱਖ ਵੱਖ ਪਾਰਟੀਆਂ ਆਪਣੇ ਤਰੀਕੇ ਨਾਲ ਜਿੱਤ ਸਕਣ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਰੂਸਾ ਆਲਮ ਦਾ ਜਿਹੜਾ ਹੈਗਾ ਇੰਪੋਰਟੈਂਟ, ਇਹ ਤੁਸੀਂ ਕਹਿ ਰਹੇ ਹੋ ਜੋ ਇੰਪੋਰਟੈਂਟ ਮੁੱਦਾ ਹੈ, ਪਰ ਇਹ ਮੁੱਦਾ ਇਸ ਵੇਲੇ ਕਿਉਂ ਭਟਕਾਇਆ ਜਾ ਰਿਹਾ ਜਦੋਂ ਚੋਣਾਂ ਹੋ ਰਹੀਆਂ ਨੇ? ਲਗਭਗ 4.5 ਸਾਲ ਇਹ ਮੁੱਦਾ ਨਹੀਂ ਚੁੱਕਿਆ ਗਿਆ, ਉਦੋਂ ਕਿਉਂ ਨਹੀਂ ਚੁੱਕਿਆ ਗਿਆ? ਇਹ ਗੱਲ ਅੱਜ ਬਹੁਤ ਵੱਡੀ ਸਾਡੇ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਕਿਉਂ ਸਰਹੱਦੀ ਮੁੱਦੇ ਜਿਹੜੇ ਨੇ, ਉਦੋਂ ਕਿਉਂ ਅੱਤਵਾਦ ਦਾ ਮੁੱਦਾ ਉੱਠਦਾ ਹੈ, ਉਦੋਂ ਕਿਉਂ ਪਾਕਿਸਤਾਨ ਦਾ ਮੁੱਦਾ ਉੱਠਦਾ ਹੈ, ਉਦੋਂ ਕਿਉਂ ਜਿਹੜਾ ਹੈਗਾ ਅਫਗਾਨਿਸਤਾਨ ਦਾ ਜਿਹੜਾ ਹੈਗਾ ਉਸ ਵੇਲੇ ਉੱਥੇ ਰੌਲਾ ਚੱਲ ਰਿਹਾ, ਉਦੋਂ ਕਿਉਂ ਮੁੱਦਾ ਉਠਾਇਆ ਜਾ ਰਿਹਾ? ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਚੋਣਾਂ ਨਾਲ ਦੇਖਣ ਮੇਲ ਕੇ ਜਿਹੜਾ ਹੈਗਾ ਦੇਖਣ ਦੀ ਲੋੜ ਹੈ। ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਪਸ਼ਟ ਹੋ ਸਕਦੀਆਂ ਨੇ ਭੰਗੂ ਸਾਹਿਬ। ਹਾਂ ਬਿਲਕੁਲ ਡਾਕਟਰ ਸਾਹਿਬ, ਜਿਵੇਂ ਬੀਜੇਪੀ ਬਿਆਨ ਦਿੰਦੀ ਹੈ, ਬੀਜੇਪੀ ਕਹਿੰਦੀ ਹੈ ਅੱਜ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਕੋਲ ਕੋਈ ਸਬੂਤ ਨੇ, ਸੁਖਜਿੰਦਰ ਸਿੰਘ ਰੰਧਾਵਾ ਕੋਲ ਕੋਈ ਇਹੋ ਜਿਹੇ ਸਬੂਤ ਹੈਗੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਾਰਵਾਈ ਕਰੇ ਸੁਖਜਿੰਦਰ ਸਿੰਘ ਰੰਧਾਵਾ। ਪਰ ਤੁਸੀਂ ਦੇਖੋ ਕਿ ਵੀ ਜੇਕਰ ਰੂਸਾ ਆਲਮ ਪਾਕਿਸਤਾਨ ਦੇ ਨਾਲ ਉਹ ਸੰਬੰਧਿਤ ਨੇ, ਆਪਾਂ ਸਾਰੇ ਜਾਣਦੇ ਹਾਂ, ਪਾਕਿਸਤਾਨ ਤੋਂ ਜੋ ਉਹਨਾਂ ਵੀਜ਼ਾ ਮਿਲੂਗਾ, ਗ੍ਰਹਿ ਮੰਤਰਾਲਾ ਪਾਸ ਕਰੂਗਾ ਨਾ ਵੀਜ਼ਾ, ਹਰਜੀਤ ਸਿੰਘ ਗਰੇਵਾਲ ਨੂੰ ਲੱਗਦਾ ਕਿ ਵੀ ਉਹ ਪਹਿਲਾਂ ਆਪਣੇ ਉੱਥੇ ਜਾਂਚ ਕਰ ਲੈਣ। ਹਾਂ, ਆਪਣੇ ਗ੍ਰਹਿ ਮੰਤਰਾਲੇ ਬੀਜੇਪੀ ਦੀ ਸਰਕਾਰ ਹੈ, ਸੈਂਟਰ ਦੇ ਵਿੱਚ ਮੋਦੀ ਸਰਕਾਰ ਹੈ, ਉੱਥੇ ਜਾਂਚ ਕਰੋ, ਤੁਸੀਂ ਪੰਜਾਬ ਸਰਕਾਰ ਨੂੰ ਕਿਉਂ ਟਾਰਗੇਟ ਕਰ ਰਹੇ ਹੋ? ਜੀ, ਤੁਸੀਂ ਦੇਖੋਗੇ ਇੱਕ ਪਾਸੇ ਬੀਜੇਪੀ ਕੈਪਟਨ ਸਾਹਿਬ ਨੂੰ ਇਹ ਸਪੇਸ ਦੇਣਾ ਚਾਹੁੰਦੀ ਹੈ ਕਿ ਅਸੀਂ ਤੁਹਾਨੂੰ ਨਾਲ ਰੱਖਣਾ ਚਾਹੁੰਦੇ ਹਾਂ, ਦੂਜੇ ਪਾਸੇ ਉਹ ਰੂਸਾ ਆਲਮ ਦੇ ਉੱਤੇ ਜਿਹੜੇ ਨੇ ਇਹ ਪੁੱਛ ਰਹੀ ਹੈ ਕਿ ਇਹਦਾ ਸਬੂਤ ਲੈ ਕੇ ਆਓ। ਮੈਂ ਇਹ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਬੂਤ ਤਾਂ ਸਾਰਿਆਂ ਦੇ ਸਾਹਮਣੇ ਹੈ, ਸਬੂਤ ਦੇ ਵਿੱਚ ਲੁਕਾ ਛਪਾ ਕੀ ਹੈ, ਕੀ ਹੈ ਇਹ, ਕੀ ਇੱਦਾਂ ਮਤਲਬ ਉਹਨਾਂ ਨੂੰ ਛਪਾਉਣ ਦੇ ਨਾਲ ਕੀ ਉਹ ਭਾਰਤੀ ਨਾਗਰਿਕ ਬਣ ਜਾਏਗੀ? ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਨਾਗਰਿਕ ਹੈ ਔਰ ਉਹਨਾਂ ਵੀਜ਼ਾ ਕਿੱਥੋਂ ਮਿਲਦਾ? ਵੀਜ਼ਾ ਸੈਂਟਰ ਗੌਰਮੈਂਟ ਲਾਉਂਦੀ ਹੈ। ਸੋ ਇਸ ਕਰਕੇ ਵੀਜ਼ਾ ਇਹ ਤਾਂ ਹੈ ਨਹੀਂ ਕਿ ਪੰਜਾਬ ਗੌਰਮੈਂਟ ਦੇ ਹਿੱਸੇ ਆਉਂਦਾ, ਜਦੋਂ ਸੈਂਟਰ ਗੌਰਮੈਂਟ ਦੀ ਗੱਲ ਹੈ ਤਾਂ ਸੈਂਟਰ ਵਿੱਚ ਬੀਜੇਪੀ ਹੈ। ਸੋ ਬੀਜੇਪੀ ਜੇਕਰ ਇੱਕ ਪਾਸੇ ਇਹ ਕਹਿਣਾ ਚਾਹੁੰਦੀ ਹੈ ਕਿ ਸਾਨੂੰ ਪਾਕਿਸਤਾਨ ਤੋਂ ਖਤਰਾ ਹੈ, ਤਾਂ ਲਾਜ਼ਮੀ ਤੌਰ 'ਤੇ ਉਹ ਰੂਸਾ ਆਲਮ ਨੂੰ ਲਗਭਗ 4.5 ਸਾਲ ਆਪਾਂ ਨੂੰ ਵੀ ਪਤਾ ਹੈ ਕਿ ਉਹਨਾਂ ਨੂੰ ਵੀਜ਼ਾ ਦਿੰਦੀ ਰਹੀ ਹੈ। ਸੋ ਉਹ ਵੀਜ਼ਾ ਜੇਕਰ ਦਿੰਦੀ ਰਹੀ ਹੈ ਤਾਂ ਸਬੂਤ ਦੇ ਵਿੱਚ ਇਹਦੇ ਤਾਂ ਵਿੱਚ ਕੋਈ ਗੱਲ ਹੋਣੀ ਨਹੀਂ ਚਾਹੀਦੀ, ਸਬੂਤ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਾਣ ਕੇ ਇੱਕ ਦੂਜੇ ਜਿਹੜੀਆਂ ਇਹ ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ, ਇੱਕ ਦੂਜੇ ਨਾਲ ਇੱਦਾਂ ਦੀਆਂ ਗੱਲਾਂ ਕਰਕੇ ਮੁੱਦਿਆਂ ਤੋਂ ਜਿਹੜੀ ਹੈਗੀ ਹੈ ਰਾਜਨੀਤੀ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ, ਲੋਕਾਂ ਨੂੰ ਡਰਾ ਕੇ ਧਮਕਾ ਕੇ। ਔਰ ਤੁਸੀਂ ਵੀ ਦੇਖਿਆ ਹੋਏਗਾ ਕਿ ਕੈਪਟਨ ਸਾਹਿਬ ਕੀ ਕਹਿੰਦੇ ਰਹੇ ਨੇ ਕਿ ਇੱਕ ਪਾਸੇ ਕਹਿੰਦੇ ਨੇ ਉਹ ਪਾਕਿਸਤਾਨ ਤੋਂ ਬੜਾ ਵੱਡਾ ਖਤਰਾ ਹੈ, ਡਰੋਨ ਆ ਰਹੇ ਨੇ, ਟਿਫਨ ਬੰਬ ਆ ਰਹੇ ਨੇ, ਅੱਤਵਾਦੀ ਆ ਰਹੇ ਨੇ, ਔਰ ਦੂਜੇ ਪਾਸੇ ਰੂਸਾ ਆਲਮ ਤੁਸੀਂ ਆਪ ਹੀ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੇ ਆਪਣੇ ਘਰ 'ਚ ਬੈਠੇ ਆ। ਸੋ ਇਸ ਕਰਕੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਇਹ ਦੋਹਰੀ ਰਾਜਨੀਤੀ ਹੈ, ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਰਾਜਨੀਤੀ ਹੈ, ਇਹ ਹੁਣ ਤੱਕ ਸਾਡੇ ਜਿਹੜੇ ਲੀਡਰ ਨੇ ਉਹ ਕਰਦੇ ਰਹੇ ਨੇ, ਆਪਣੀਆਂ ਵੋਟਾਂ ਲੈਂਦੇ ਰਹੇ ਨੇ। ਔਰ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਹੁਣ ਵੀ 22 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆਉਣਗੀਆਂ, ਤਿਉਂ ਤਿਉਂ ਅੱਤਵਾਦ ਦਾ ਮੁੱਦਾ, ਤਿਉਂ ਤਿਉਂ ਇੱਦਾਂ ਦੇ ਮਤਲਬ ਡਰੋਨਸ ਜਿਹੜੇ ਨੇ, ਹਥਿਆਰਾਂ ਦਾ ਮੁੱਦਾ ਜਿਹੜਾ ਹੈਗਾ ਇੱਦਾਂ ਉਛਾਲਿਆ ਜਾਏਗਾ। ਔਰ ਇਹਦੇ ਵਿੱਚ ਹੋਏਗਾ ਨੁਕਸਾਨ ਕਿਹਦਾ ਹੋਏਗਾ? ਨੁਕਸਾਨ ਆਮ ਲੋਕਾਂ ਦਾ ਹੀ ਹੋਏਗਾ। ਆਮ ਜੇ ਕੋਈ ਉੱਥੇ ਸਰਹੱਦਾਂ 'ਤੇ ਪਹਿਲਾਂ ਵੀ ਮਰਦਾ ਰਿਹਾ, ਉਹ ਵੀ ਆਮ ਲੋਕ ਮਰਦੇ ਰਹੇ ਨੇ। ਸਾਡੇ ਕਿਸਾਨਾਂ ਦੇ ਜਿਹੜੇ ਨੇ, ਇੱਕ ਪਾਸੇ ਸਾਡੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ, ਇੱਕ ਪਾਸੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸਰਹੱਦਾਂ 'ਤੇ ਲੜ ਰਹੇ ਨੇ, ਔਰ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀਆਂ ਸ਼ਹੀਦੀਆਂ ਲੋਕ ਪ੍ਰਾਪਤ ਕਰ ਰਹੇ ਨੇ ਸਾਡੇ ਆਪਣੇ ਜਵਾਨ ਜਿਹੜੇ ਨੇ, ਕਿਸਾਨਾਂ ਦੇ ਬੱਚੇ ਜਿਹੜੇ ਨੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਨੂੰ ਜਾਣ ਬੁੱਝ ਕੇ ਭੜਕਾਇਆ ਜਾਂਦਾ ਹੈ, ਔਰ ਲੋਕਾਂ ਨੂੰ ਮਰਾ ਕੇ ਔਰ ਲੋਕਾਂ ਦੀਆਂ ਵਿਚਾਰਿਆਂ ਦੀਆਂ ਸ਼ਹੀਦੀਆਂ ਦੇ ਕੇ ਆਪਣੀਆਂ ਸੱਤਾ ਦੀਆਂ ਰੋਟੀਆਂ ਜਿਹੜੀਆਂ ਨੇ ਉਹ ਸੇਕੀਆਂ ਜਾਂਦੀਆਂ ਨੇ ਭੰਗੂ ਸਾਹਿਬ। ਹਾਂ ਬਿਲਕੁਲ, ਪਰ ਡਾਕਟਰ ਸਾਹਿਬ ਮੇਰਾ ਆਖਰੀ ਸਵਾਲ, ਮੈਨੂੰ ਲੱਗਦਾ ਨਹੀਂ ਕਿ ਜੋ ਰੂਸਾ ਦਾ ਵੀ ਝਗੜਾ ਜਾਂ ਕਾਂਗਰਸ ਦਾ ਵੀ ਝਗੜਾ ਜਾਂ ਸਿਆਸਤਾਂ ਦੀ ਆਪਣੀ ਜੰਗ ਹੈ ਕਿ ਲੋਕਾਂ ਲਈ ਇਹਨਾਂ 'ਚੋਂ ਕੁਛ ਨਿਕਲ ਕੇ ਆਊਗਾ ਇਹਨਾਂ ਲੜਾਈਆਂ ਦੇ ਵਿੱਚੋਂ? ਬਿਲਕੁਲ ਨਾ, ਤਾਂ ਦੇਖੋ ਅੱਜ ਤੱਕ ਨਿਕਲਿਆ ਇਹਦੇ ਵਿੱਚੋਂ ਸੱਤਾ ਨਿਕਲਦੀ ਹੈ। ਸੱਤਾ ਕਿਹਦੀ ਰਹੀ ਹੈ? ਜਦੋਂ ਅਸੀਂ 47 ਤੋਂ ਲੈ ਕੇ ਅੱਜ ਤੱਕ, 47 ਦੇ ਵਿੱਚ ਲਗਭਗ 10 ਲੱਖ ਪੰਜਾਬੀ ਜਿਹੜਾ ਸੀਗਾ ਉਹ ਮਾਰਿਆ ਗਿਆ ਸੀ, ਆਪਾਂ ਸਾਰੇ ਜਾਣਦੇ ਹਾਂ, ਔਰ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਸੀ, ਉਹ ਬਹੁਤ ਵੱਡਾ ਸੰਕਟ ਸੀਗਾ। ਔਰ ਨਿਕਲਿਆ ਕੀ ਨਿਕਲਿਆ ਉਹਦੇ ਉੱਧਰ
ਜਿਹੜਾ ਹੈਗਾ ਮੁਸਲਿਮ ਲੀਗ ਦੀ ਸੱਤਾ ਆ ਗਈ ਪਾਕਿਸਤਾਨ ਦੇ ਵਿੱਚ। ਇੱਧਰ ਕਾਂਗਰਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਨੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣ ਗਏ ਔਰ ਇਸੇ ਤਰ੍ਹਾਂ ਪੰਜਾਬ ਦੀ ਸੱਤਾ ਉਹਨਾਂ ਦੇ ਹੱਥਾਂ 'ਚ ਚਲੀ ਗਈ। ਸੋ ਕਹਿਣ ਦਾ ਮਤਲਬ ਹੈ ਕਿ ਮਰਦੇ ਤਾਂ ਹਮੇਸ਼ਾ ਆਮ ਲੋਕ ਨੇ, ਪਰ ਨਿਕਲਦਾ ਜਿਹੜਾ ਹੈਗਾ ਨਿਕਲਦਾ ਕੁਛ ਨਹੀਂ ਹੈ। ਨਿਕਲਦਾ ਇਹੀ ਹੈ ਕਿ ਇਹਨਾਂ ਦੀ ਕੁਰਸੀ ਨਿਕਲਦੀ ਹੈ ਇਹਦੇ ਵਿੱਚੋਂ। ਇਹ ਚਾਹੇ ਉਹ ਦੰਗੇ ਹੋਣ, ਚਾਹੇ ਅੱਤਵਾਦ ਹੋਵੇ ਅੱਤਵਾਦ ਦੇ ਨਾਂ ਦੇ ਉੱਤੇ ਹੋਵੇ, ਚਾਹੇ ਕਿਸੇ ਹੋਰ ਇੱਦਾਂ ਦੀਆਂ ਚੀਜ਼ਾਂ ਹੋਣ, ਉਹਦੇ ਵਿੱਚੋਂ ਇਹਨਾਂ ਰਾਜਨੀਤੀਵਾਨਾਂ ਦੀ ਜਿਹੜੀ ਹੈਗੀ ਹੈ ਕੁਰਸੀ ਤਾਂ ਜ਼ਰੂਰ ਨਿਕਲ ਜਾਂਦੀ ਹੈ, ਇਹਨਾਂ ਨੂੰ ਜ਼ਰੂਰ ਫਾਇਦਾ ਹੁੰਦਾ ਹੈ, ਪਰ ਆਮ ਲੋਕ ਜਿਵੇਂ ਤੁਸੀਂ ਕਹਿ ਰਹੇ ਹੋ ਆਮ ਲੋਕ ਹਮੇਸ਼ਾ ਮਰਦੇ ਨੇ, ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ, ਉਹਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੁੰਦਾ, ਉਹਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਖਰਾਬ ਹੁੰਦੀਆਂ ਨੇ ਔਰ ਉਹਨਾਂ ਦੀਆਂ ਜਿਹੜੀਆਂ ਨਸਲਾਂ ਖਰਾਬ ਹੁੰਦੀਆਂ ਨੇ। ਸੋ ਇਹੀ ਗੱਲ ਆਪਾਂ ਦੇਖ ਰਹੇ ਹਾਂ, ਚਾਹੇ ਉਹ ਕਾਲੇ ਕਾਨੂੰਨ ਹੋਣ, ਚਾਹੇ ਸਰਹੱਦਾਂ 'ਤੇ ਸਾਡੇ ਬੈਠੇ ਕਿਸਾਨ ਹੋਣ ਜਾਂ ਜਵਾਨ ਹੋਣ, ਉਹਨਾਂ ਦਾ ਜਿਹੜਾ ਹੈਗਾ ਹਮੇਸ਼ਾ ਨੁਕਸਾਨ ਹੋਇਆ, ਪਰ ਇਹਦੇ ਵਿੱਚੋਂ ਫਾਇਦਾ ਜਿਹੜਾ ਹਮੇਸ਼ਾ ਹੋਇਆ ਉਹ ਰਾਜਨੀਤੀਵਾਨਾਂ ਦਾ ਹੋਇਆ, ਪੋਲੀਟੀਕਲ ਪਾਰਟੀਆਂ ਦਾ ਹੋਇਆ, ਔਰ ਇਹੀ ਕੋਸ਼ਿਸ਼ ਇਸ ਵੇਲੇ ਕੀਤੀ ਜਾ ਰਹੀ ਹੈ ਵੱਖ ਵੱਖ ਪਾਰਟੀਆਂ ਦੇ ਰਾਹੀਂ। ਪੰਗੂ ਸਾਹਿਬ ਜੀ, ਡਾਕਟਰ ਸਾਹਿਬ, ਲੋਕ ਬੜੇ ਜੋ ਸਾਡੇ ਦਰਸ਼ਕ ਨੇ ਸਿਆਣੇ ਨੇ ਸੂਝਵਾਨ ਨੇ, ਪਰ ਫਿਰ ਵੀ ਇਹ ਟਪਲਾ ਖਾ ਜਾਂਦੇ ਨੇ ਕਿਤੇ ਨਾ ਕਿਤੇ। ਬੇਸ਼ੱਕ ਦੇਖੋ ਅੱਜ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਹਰ ਇੱਕ ਬੰਦਾ ਸਿਆਣਾ ਸੋਚ ਨਾਲ ਚੱਲਦਾ, ਸੋਚ ਸਮਝ ਕੇ ਪੈਰ ਧਰਦਾ, ਉਹ ਕਦਮ ਅਗਾਂਹ ਪੁੱਟਦਾ, ਪਰ ਫਿਰ ਜਦੋਂ ਚਲੋ ਸਾਰੇ ਲੀਡਰ ਮਾੜੇ ਨਹੀਂ ਹੁੰਦੇ, ਸਾਰੀ ਸਿਆਸੀ ਪਾਰਟੀਆਂ ਮਾੜੀ ਨਹੀਂ ਹੁੰਦੀਆਂ, ਪਰ ਲੋਕ ਕਿਤੇ ਨਾ ਕਿਤੇ ਚੰਗਾ ਬੰਦਾ ਚੁਣਨ ਦੇ ਵਿੱਚ ਲੋਕ ਮਾਰ ਖਾ ਜਾਂਦੇ ਹਨ। ਡਾਕਟਰ ਸਾਹਿਬ ਜੀ ਜੀ, ਉਹਦਾ ਕਾਰਨ ਪੰਗੂ ਸਾਹਿਬ ਇਹੀ ਹੈ ਕਿ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਇਹਨਾਂ ਦੇ ਤਾਰ ਪਤਾ ਨਹੀਂ, ਆਪਾਂ ਨੂੰ ਵੀ ਪਤਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨਾਲ ਜੁੜੇ ਹੁੰਦੇ ਆ। ਸੋ ਨਤੀਜਾ ਕੀ ਨਿਕਲਦਾ ਹੈ ਕਿ ਨਤੀਜਾ ਆਮ ਲੋਕ ਜਿਹੜੇ ਨੇ ਇਹਨਾਂ ਦੇ ਪ੍ਰਚਾਰ ਦੇ ਵਿੱਚ, ਕੁਪ੍ਰਚਾਰ ਦੇ ਵਿੱਚ ਜਿਹੜਾ ਹੈਗਾ ਫਸ ਜਾਂਦੇ ਨੇ। ਪਰ ਮੈਂ ਇਹੀ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਹੈ, ਇਸ ਨੇ ਪੰਜਾਬੀਆਂ ਨੂੰ ਬਹੁਤ ਕੁਛ ਨਵਾਂ ਸਿਖਾਇਆ ਹੈ, ਇਸ ਨੇ ਪੰਜਾਬੀਆਂ ਨੂੰ ਇਹਨਾਂ ਲੀਡਰਾਂ ਤੋਂ ਸਵਾਲ ਪੁੱਛਣੇ ਸਿਖਾਏ ਨੇ, ਇਹਨਾਂ ਲੀਡਰਾਂ ਦੇ ਉੱਤੇ ਸਵਾਲ ਉਠਾਉਣੇ ਸਿਖਾਏ ਨੇ, ਔਰ ਇਹਨਾਂ ਲੀਡਰਾਂ ਦੀਆਂ ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਚਾਹੇ ਉਹ ਬੀਜੇਪੀ ਪਾਰਟੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਇਹਨਾਂ ਦੇ ਵੱਡੇ ਵੱਡੇ ਲੀਡਰਾਂ ਤੋਂ ਅੱਜ ਸਵਾਲ ਇਸ ਲਈ ਪੁੱਛ ਰਹੇ ਨੇ ਪੰਜਾਬ ਦੇ ਲੋਕ, ਕਿਉਂਕਿ ਉਹ ਜਾਣਦੇ ਨੇ ਕਿ ਇਹ ਲੋਕਾਂ ਨੂੰ ਇੱਦਾਂ ਉੱਦਾਂ ਇੱਧਰ ਉੱਧਰ ਭੜਕਾ ਕੇ ਜਿਹੜਾ ਹੈਗਾ ਮੇਨ ਮੁੱਦਿਆਂ ਤੋਂ ਇੱਧਰ ਉੱਧਰ ਕਰਨਾ ਚਾਹੁੰਦੇ ਨੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਜੇ ਆਪਾਂ ਕਹੀਏ ਕਿ 22 ਦੇ ਵਿੱਚ ਇਹਨਾਂ ਦੀਆਂ ਕੁਚਾਲਾਂ ਦੇ ਵਿੱਚ ਨਹੀਂ ਫਸਣਗੇ, ਪੰਜਾਬ ਦੇ ਲੋਕ ਜਿਹੜੇ ਨੇ ਮੁੱਦਿਆਂ ਦੇ ਆਧਾਰ 'ਤੇ ਜਿਹੜੀ ਹੈਗੀ ਰਾਜਨੀਤੀ ਨੂੰ ਪਹਿਲ ਦੇਣਗੇ, ਨਾ ਕਿ ਇੱਦਾਂ ਦੇ ਜਿਹੜੇ ਗੈਰ ਮੁੱਦੇ ਨੇ ਉਹਨਾਂ ਨੂੰ ਮੁੱਦੇ ਬਣਾਇਆ ਜਾ ਰਿਹਾ, ਜਿਹੜੇ ਕਿ ਮੁੱਦੇ ਕਿਸੇ ਵੇਲੇ ਹੈ ਹੀ ਨਹੀਂ, ਔਰ ਉਹਨਾਂ ਨੂੰ ਮੇਨ ਮੁੱਦੇ ਬਣਾ ਕੇ ਜਿਹੜਾ ਹੈਗਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਪੰਜਾਬ ਦੇ ਲੋਕ ਇਹਨਾਂ ਲੀਡਰਾਂ ਤੋਂ ਚੇਤੰਨ ਹੋ ਚੁੱਕੇ ਨੇ, ਉਹਨਾਂ ਨੂੰ ਸਵਾਲ ਪੁੱਛ ਰਹੇ ਨੇ। ਇੱਕ ਵਧੀਆ, ਇੱਕ ਆਪਾਂ ਕਹਿ ਸਕਦੇ ਹਾਂ ਕਿ ਸਿੰਬਲ ਹੈ, ਇੱਕ ਵਧੀਆ ਗੱਲ ਜਿਹੜੀ ਕਹਿ ਸਕਦੇ ਹਾਂ ਪੰਜਾਬ ਦੇ ਲੋਕ ਕਰ ਰਹੇ ਨੇ ਔਰ ਵੱਡੇ ਸਵਾਲ ਪੁੱਛ ਰਹੇ ਨੇ। ਇਹਦੇ ਨਾਲ ਹਰ ਚੀਜ਼ ਦੇ ਵਿੱਚ ਬਦਲਾਅ ਆ ਰਿਹਾ ਹੈ, ਖਾਸ ਤੌਰ 'ਤੇ ਰਾਜਨੀਤੀ ਦੇ ਵਿੱਚ ਵੱਡੇ ਬਦਲਾਅ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਪੰਗੂ ਸਾਹਿਬ। ਜੀ ਬਿਲਕੁਲ, ਸੰਭਾਵਨਾ ਡਾਕਟਰ ਸਾਹਿਬ ਨਜ਼ਰ ਆ ਰਹੀਆਂ ਨੇ, ਬਦਲਾਅ ਦੀਆਂ ਸੰਭਾਵਨਾ ਬਿਲਕੁਲ ਤੁਸੀਂ ਕਹਿਣ ਕੇ ਨਜ਼ਰ ਆ ਰਹੀਆਂ ਨੇ, ਕਿਉਂਕਿ ਸਮਾਂ ਇੱਕ ਇਹੋ ਜਿਹਾ ਬਣ ਗਿਆ, ਲੋਕ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਅਵੇਅਰ ਹੋ ਗਏ, ਜਾਗਰੂਕ ਹੋ ਗਏ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਅਸੀਂ ਇਸ ਮਸਲੇ 'ਤੇ ਗੱਲਬਾਤ ਕੀਤੀ ਕਿ ਇਹਦੇ ਵਿੱਚੋਂ ਨਿਕਲ ਕੇ ਕੀ ਆਊਗਾ, ਭਾਵੇਂ ਰੂਸਾ ਆਲਮ ਤੋਂ ਲੈ ਕੇ ਇੱਕ ਸਨੈਰੀ ਤੋਂ ਸਿਰਜਿਆ ਜਾ ਰਿਹਾ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਲਗਾਤਾਰ ਵਿਰੋਧੀ ਵੀ, ਸ਼੍ਰੋਮਣੀ ਅਕਾਲੀ ਦਲ ਵੀ, ਕਾਂਗਰਸ ਵਾਲੇ ਵਿਰੋਧੀ ਵੀ, ਬੀਜੇਪੀ ਵੀ ਲਗਾਤਾਰ ਹਮਲੇ ਕਰ ਰਹੀ ਹੈ, ਪਰ ਇਹਦੇ ਵਿੱਚੋਂ ਨਿਕਲੂਗਾ ਕੀ, ਇਸ ਮਾਮਲੇ 'ਤੇ ਅਸੀਂ ਗੱਲਬਾਤ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਨਾਲ ਚੈਨਲ ਪੰਜਾਬੀ ਦੇ। ਧੰਨਵਾਦ।